ਮੈਂ ਜਨਵਰੀ 'ਚ ਗਈ ਸੀਗੀ, 8 ਮਹੀਨੇ ਹੋ ਗਏ, 9 ਮਹੀਨੇ ਹੋ ਗਏ, 8ਵੇਂ ਮਹੀਨੇ 'ਚ ਮੈਂ ਵਾਪਸ ਆਈ ਹਾਂ। ਇਹ ਸੋਚ ਕੇ ਗਈ ਸੀ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ, ਮੈਨੂੰ ਨਹੀਂ ਸੀ ਪਤਾ ਸੀ ਮੈਨੂੰ ਉਹਨਾਂ ਨੇ ਫਸਾ ਦਿੱਤਾ ਜਾਊਗਾ। ਕਿਹੜੀ ਜਗ੍ਹਾ ਗਏ ਸੀ? ਮੈਂ ਮਾਸਕਟ ਗਈ ਹੋਈ ਸੀ ਓਮਾਨ। ਕੀ ਕੰਮ ਦਾ ਤੁਹਾਨੂੰ ਕਿਹਾ ਗਿਆ ਸੀ ਉੱਥੇ? ਮੈਨੂੰ ਉੱਥੇ ਆਫਿਸ ਦੇ ਮਤਲਬ ਕਿ ਫਾਈਲਸ ਦੇ ਵਿੱਚ ਕਿਹਾ ਸੀ ਕਿ ਜਾਂ ਮਤਲਬ ਕਿ ਫੋਨ ਅਟੈਂਡ ਕਰਨੇ ਪੈਣਗੇ ਜਾਂ ਫਾਈਲਸ ਇੱਧਰ ਉੱਧਰ ਕਰਨੀਆਂ ਪੈਣਗੀਆਂ, ਬਟ ਮੈਨੂੰ ਨਹੀਂ ਸੀ ਪਤਾ ਉਹਨਾਂ ਨੇ ਮੈਨੂੰ ਹਾਊਸਮੇਟ ਦੇ ਜੋਬ 'ਚ ਲਗਾ ਦੇਣਾ ਹੈਗਾ ਵਾ। ਅਤੇ ਉਹਨਾਂ ਨੇ ਵੀ ਮੈਨੂੰ ਐਵੇਂ ਲੋਕ ਹੀ ਲਗਾ ਕੇ ਰੱਖੇ ਸੀ, ਖਾਣਾ ਦਾਣਾ ਕੁਛ ਨਹੀਂ ਦਿੰਦੇ ਸੀ, ਫੋਨ ਵੀ ਉਹਨਾਂ ਨੇ ਜ਼ਬਤ ਕਰ ਲਏ ਸੀਗੇ। ਅਤੇ ਬਾਅਦ ਵਿੱਚ ਬਸ ਇੱਦਾਂ ਉੱਥੇ ਮਿਸਬਿਹੇਵ ਜਿੱਦਾਂ ਕਰਦੇ ਨੇ ਉੱਦਾਂ ਹੁੰਦਾ ਸੀਗਾ। ਸਾਰੀਆਂ ਹਰ ਇੱਕ ਲੜਕੀਆਂ ਨੇ ਕਿਹਾ ਸੀ ਤੂੰ ਵਾਪਸ ਜਾਣਾ, ਦੌੜੀਆਂ ਵੀ ਕਾਫੀ ਲੜਕੀਆਂ ਉੱਥੋਂ ਗਿਰ ਕੇ, ਇੱਕ ਲੜਕੀ ਦੇ ਸੱਟਾਂ ਵੀ ਲੱਗੀਆਂ ਕਾਫੀ, 15-20 ਲੜਕੀਆਂ ਉੱਥੋਂ ਦੌੜੀਆਂ ਉਸੇ ਆਫਿਸ ਵਿੱਚੋਂ। ਕੁੱਟਮਾਰ ਵੀ ਕੀਤੀ ਜਾਂਦੀ ਰਹੀ? ਹਾਂਜੀ, ਕੁੱਟਮਾਰ ਉੱਥੇ ਕਰਦੇ ਰਹੇ ਨੇ ਕਾਫੀ ਲੜਕੀਆਂ ਹੈਗੀਆਂ ਜੇ, ਪਰ ਜਿਸ ਰੂਮ 'ਚ ਅਸੀਂ ਬੰਦ ਸੀ ਉੱਥੇ ਸਾਰੀਆਂ ਨੇ ਏਕਾ ਕਰ ਲਿਆ ਸੀ ਕਿ ਅਸੀਂ ਦੌੜਨਾ ਵਾ, ਤਾਂ ਅਸੀਂ ਉੱਥੇ ਦੌੜੀਆਂ ਵੀ ਸੀਗੀਆਂ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਅਸੀਂ ਤਾਂ ਮਤਲਬ ਐਮਬੈਸੀ ਕੰਪਲੀਟ ਕਰਾ ਕੇ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਉੱਥੇ ਸਾਨੂੰ ਉਹਨਾਂ ਨੇ ਛਤਰ ਛਾਇਆ 'ਚ ਰੱਖਿਆ। ਬਾਬਾ ਜੀ ਨੇ ਕਿੱਦਾਂ ਸੰਪਰਕ ਹੋਇਆ ਤੁਹਾਡਾ? ਇਹ ਮੇਰੇ ਹਸਬੈਂਡ ਜੀ ਨੇ, ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਨੇ। ਹਸਬੈਂਡ ਸੀ ਲੁਧਿਆਣੇ ਤੋਂ, ਉਹਨਾਂ ਨੇ ਮਤਲਬ ਕੀ ਕਿਹਾ ਸੀ ਕਿ ਵਧੀਆ ਹੋਊਗਾ ਉੱਥੇ ਸਾਰਾ ਕੁਛ, ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਝੂਠ ਬੋਲ ਕੇ। ਹਾਂਜੀ, ਜਦੋਂ ਮੈਨੂੰ ਉਹਨਾਂ ਨੇ ਨਾ ਹਾਊਸਮੇਟ ਦੀ ਜੋਬ 'ਚ ਭੇਜ ਦਿੱਤਾ ਸੀ, ਵੀ ਮੈਨੂੰ ਕਹਿੰਦੇ ਸੀ ਤੁਹਾਨੂੰ ਕੋਈ ਨਹੀਂ, ਮੈਂ ਢੂੰਡ ਕੇ ਰੱਖ ਦੇਵਾਂਗੇ ਕੰਮ, ਅਤੇ ਤੁਸੀਂ ਨਾ ਮਤਲਬ ਕਿ ਹਾਊਸਮੇਟ 'ਚ ਚਲੇ ਜਾਓ ਹਲੇ। ਅਤੇ ਉਹਨਾਂ ਨੇ ਮੈਨੂੰ ਖੁਦ ਉਹਨਾਂ ਨੇ ਜਵਾਬ ਨੇ ਕਿਹਾ ਕਿ ਤੁਹਾਨੂੰ ਤੁਹਾਡੀ ਮੈਡਮ ਨੇ ਸਾਨੂੰ ਏਜੰਟਾਂ ਨੇ ਸਾਨੂੰ ਵੇਚਿਆ ਆ ਗਾ। ਹਾਂਜੀ, ਫਿਰ ਤੁਸੀਂ ਕੀ ਕਿਹਾ ਉਹਨਾਂ? ਅਤੇ ਫਿਰ ਮੈਂ ਇਹਨਾਂ ਨਾਲ ਏਜੰਟ ਨੂੰ ਬੋਲਦੀ ਸੀ ਕਿ ਤੁਸੀਂ ਮੇਰੇ ਨਾਲ ਇੱਦਾਂ ਗਲਤ ਕੀਤਾ, ਤੁਸੀਂ ਮੈਨੂੰ ਵਾਪਸ ਮੰਗਵਾਓ। ਫਿਰ ਬਾਅਦ 'ਚੋਂ ਪੈਸੇ ਮੰਗ ਕਰਨ ਲੱਗ ਪਏ ਸੀਗੇ। ਹਾਂਜੀ, 3 ਲੱਖ ਕਦੇ 2 ਲੱਖ ਰੁਪਏ ਮੰਗਦੇ ਸੀਗੇ ਛੱਡਣ ਦਾ, ਨਹੀਂ ਤਾਂ ਫਿਰ ਮਾਰ ਕੇ ਸੁੱਟ ਦੇਵਾਂਗੇ ਇਹਨੂੰ। ਹਾਂਜੀ, ਕਾਰਵਾਈ ਦੀ ਮੰਗ ਕਰਦੇ? ਹਾਂਜੀ, ਕਾਰਵਾਈ ਤਾਂ ਹੁਣ ਹੋਣੀ ਚਾਹੀਦੀ, ਪਰ ਉਹ ਏਜੰਟਾਂ ਦੀ ਸਪੋਰਟ ਵੀ ਹੈਗੀ ਹੈ, ਜਾਂ ਕਹਿੰਦੇ ਛੁਡਾਉਣ ਵਾਲੇ ਵੀ ਹੈਗੇ ਨੇ, ਅਤੇ ਜਿਹੜੇ ਏਜੰਟ ਆ ਨਾ ਉਹਨਾਂ ਦੇ ਵੀ ਬਹੁਤ ਸਪੋਰਟਰ ਹੈਗੇ ਆ। ਕੀ ਲੱਗਦਾ ਕਿ ਪੂਰਾ ਨੈਕਸਸ ਕੰਮ ਕਰ ਰਹੇ ਇਸ ਪਿੱਛੇ ਸਾਰੇ? ਮੈਨੂੰ ਪੂਰਾ ਹੈਗਾ ਵਿੱਚ ਹੀ ਹੈ, ਸਾਰੀ ਮਿਲੀ ਭਗਤੀ ਹੈ ਮੈਨੂੰ ਲੱਗਦਾ ਇਹਨਾਂ ਦੀ ਤਾਂ। ਏਜੰਟ ਦਿਮਾਗ ਦੇ ਨਾਲ ਚੱਲਦਾ। ਪਹਿਲੀ ਗੱਲ ਤਾਂ ਇੱਥੇ ਜਿਹੜੀ ਬੇਰੁਜ਼ਗਾਰੀ, ਇੱਥੇ ਸਭ ਕੁਛ ਮਿਲੇ ਤਾਂ ਲੋੜ ਹੀ ਨਹੀਂ ਹੈਗੀ ਕੁੜੀਆਂ ਨੂੰ ਬਾਹਰ ਜਾਂ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ। ਇਹ ਤਾਂ ਥੋੜ੍ਹੀ ਆਪਣੀ ਸਰਕਾਰ ਨੂੰ ਵੀ ਚਾਹੀਦਾ ਨਾ, ਇੱਥੇ ਸਾਰਾ ਕੁਛ ਜਿਹੜੇ ਇੰਨੇ ਐਜੂਕੇਟਡ ਬੱਚੇ ਬੈਠੇ ਹੋਏ ਆ ਉਹਨਾਂ ਵਾਸਤੇ ਜੋਬ ਵੀ ਹੈ ਨਹੀਂ ਗੀ। ਅਤੇ ਇੱਦਾਂ ਹੀ ਗੱਲਾਂ ਕਰ ਕਰਕੇ ਬਸ ਆਪਣੇ ਸੋਹਣੇ ਭਵਿੱਖ ਵਾਸਤੇ ਬੱਚੇ ਬਾਹਰ ਜਾਂਦੇ ਨੇ, ਕਿਉਂ ਜਾ ਰਹੇ ਨੇ? ਇੱਥੇ ਸਰਕਾਰ ਨੂੰ ਵੀ ਥੋੜ੍ਹਾ ਚਾਹੀਦਾ ਸੀ ਨਾ ਕਿ ਇੱਥੇ ਕੰਮ ਦੇਖੋ ਜਾਂ ਕਿੱਦਾਂ ਨੇ। ਅਸੀਂ ਵੀ ਆਪਣੇ ਬੱਚਿਆਂ ਵਾਸਤੇ ਬਾਹਰ ਨਿਕਲ ਕਦਮ ਚੱਕਿਆ, ਸਾਨੂੰ ਨਹੀਂ ਪਤਾ ਸੀ ਅਸੀਂ ਫਸ ਜਾਵਾਂ। ਹਾਂਜੀ ਬੱਚੇ, ਅੱਜ ਵਾਪਸ ਪਰਤੇ ਹੋ ਸੰਸੀ 'ਚ, ਬਾਅਦ ਯਤਨਾ ਸਦਕਾ ਤੁਹਾਡੀ ਮਲਕੜੇ ਵਿੱਚ ਵਾਪਸੀ ਹੋਈ ਹੈ, ਕਿਵੇਂ ਮਹਿਸੂਸ ਕਰਦੇ ਹੋ? ਕਿਵੇਂ ਗਏ ਸੀ ਉੱਥੇ? ਕੀ ਵਾਪਰਿਆ ਤੁਹਾਡੇ ਨਾਲ ਉੱਥੇ? ਮੇਰੇ ਉਹਨਾਂ ਨੇ ਮੈਨੂੰ, ਜਿਹੜੀ ਮੇਰੀ ਏਜੰਟ ਸੀਗੀ ਉਹਨੇ ਮੈਨੂੰ ਬੁਲਾਇਆ ਆਪਣੇ ਕੋਲ ਘਰੇਲੂ ਕੰਮ ਦੇ ਲਈ, ਅਤੇ ਮੈਨੂੰ ਕਹਿੰਦੀ ਸੀਗੀ ਕਿ 50,000 ਮੈਂ ਲਊਂਗੀ ਤੇਰੇ ਕੋਲੋਂ ਆਪਣੇ ਕੋਲ ਬੁਲਾਉਣ ਲਈ। ਅਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ,
ਅਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਅਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ। ਅਤੇ ਜਦੋਂ ਉਸ ਘਰ ਦੇ ਵਿੱਚ ਗਈ ਅਤੇ ਉਹਨਾਂ ਨੇ ਮੇਰੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਅਤੇ ਪਾਣੀ ਦੀ ਮੈਨੂੰ ਇਜਾਜ਼ਤ ਵੀ ਹੈ ਨਹੀਂ ਸੀਗੀ ਪੀਣ ਦੀ। ਅਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ ਅਤੇ ਜਦੋਂ ਮੇਰੇ ਨਾਲ ਮਾਰ ਕੁਟਾਈ ਕਰਦੇ ਸੀ ਗੰਦਾ ਪਾਣੀ ਪੀਂਦੀ ਸੀ ਅਤੇ ਉਹਦੇ ਨਾਲ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਅਤੇ ਮੈਂ ਆਪਣੀ ਏਜੰਟਨੀ ਨੂੰ ਕਿਹਾ ਕਿ ਮੈਨੂੰ ਇੰਡੀਆ ਭੇਜਿਆ ਜਾਵੇ ਅਤੇ ਮੈਨੂੰ ਕਹਿੰਦੀ ਸੀਗੀ ਕਿ 2.5 ਲੱਖ ਰੁਪਈਆ 3 ਲੱਖ ਰੁਪਈਆ ਆਪਣੇ ਘਰ ਦੇ ਉੱਤੋਂ ਮੰਗਵਾ ਅਤੇ ਇੰਡੀਆ ਜਾ। ਅਤੇ ਮੇਰੇ ਘਰ ਦੇ ਕਿ ਇੰਨੇ ਪੈਸੇ ਹੈ ਨਹੀਂ ਸੀਗੇ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ, ਅਤੇ ਇਸ ਕਰਕੇ ਫਿਰ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇੱਧਰ ਆਉਣ ਵਿੱਚ। ਕਦੋਂ ਗਏ ਸੀ, ਕਿਹੜੇ ਮੁਲਕ ਗਏ ਸੀ? ਮੈਂ ਇਰਾਕ ਦੇ ਵਿੱਚ ਗਈ ਸੀਗੀ ਅਤੇ ਅਪ੍ਰੈਲ ਦੇ ਵਿੱਚ ਗਈ ਸੀ, 14 ਅਪ੍ਰੈਲ ਨੂੰ। ਮੈਨੂੰ ਕਹਿੰਦੀ ਸੀ 25,000 ਰੁਪਈਆ ਤਨਖਾਹ ਆ ਅਤੇ ਘਰ ਦਾ ਹੀ ਕੰਮ ਆ। ਮੈਨੂੰ ਨਹੀਂ ਪਤਾ ਸੀ ਕਿ ਉਹ ਘਰ ਦੇ ਵਿੱਚ ਜਿਹੜੇ ਘਰ ਦੇ ਇੰਨੇ ਉਹ ਮਤਲਬ ਮਾਰ ਕਟਾਈ ਕਰਦੇ ਕੁੱਟਦੇ ਆ, ਜੇ ਮਤਲਬ ਤਬੀਅਤ ਖਰਾਬ ਹੋ ਜਾਂਦੀ ਆ ਤਾਂ ਉਹ ਇਲਾਜ ਨਹੀਂ ਕਰਵਾਉਂਦੇ ਹੈਗੇ। ਕੀ ਤੁਹਾਨੂੰ ਵੇਚ ਦਿੱਤਾ ਜਾਂਦਾ ਉੱਥੇ, ਕੀ ਹੁੰਦਾ, ਕੀ ਆਖਿਆ? ਪਹਿਲਾਂ ਕੰਪਨੀ ਵਾਲਿਆਂ ਦੇ ਥਰੂ ਮੰਗਵਾਉਂਦੀਆਂ ਇਹ ਕੁੜੀਆਂ ਏਜੰਟਣੀਆਂ ਜਿਹੜੀਆਂ ਹੁੰਦੀਆਂ, ਅਤੇ ਗਾਂ ਉਹ ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ, $2,000 ਉਹਨਾਂ ਤੋਂ ਪੈਸੇ ਲਏ ਜਾਂਦੇ ਆ, ਅਤੇ ਫਿਰ ਗਾਂ ਮਤਲਬ ਜਿਹੜਾ 50,000 ਲੈਂਦੇ ਉਹ ਆਪਸ ਦੇ ਵਿੱਚ ਇਹ ਵੰਡਦੇ ਪਏ ਆ। ਤੁਹਾਨੂੰ ਵੇਚ ਦਿੰਦੇ ਆ? ਹਾਂਜੀ, ਗਾਂ ਫਿਰ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜਿਸ ਘਰ ਦੇ ਵਿੱਚ ਭੇਜਿਆ ਜਾਂਦਾ ਆ। ਜਿਹਨਾਂ ਨੇ ਜਿਹੜੇ ਕਦੇ ਪੁੱਛਿਆ ਨਹੀਂ ਉਹਨਾਂ ਨੂੰ ਕੋਈ ਸ਼ਿਕਾਇਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡਾ ਕੁੱਟਮਾਰ ਕਿਉਂ ਕਰ ਰਹੇ? ਉਹ ਮੈਨੂੰ ਕਹਿੰਦੀ ਸੀਗੀ ਕਿ ਤੂੰ ਆਪਣਾ ਐਗਰੀਮੈਂਟ ਪੂਰਾ ਕਰ ਅਤੇ ਫਿਰ ਬਾਅਦ ਵਿੱਚ ਭਾਵੇਂ ਤੂੰ ਸਾਲ ਬਾਅਦ ਚੱਲ ਜਾਏ 2 ਸਾਲਾਂ ਬਾਅਦ ਚੱਲ ਜਾਏ ਉਹ ਤੇਰੀ ਮਰਜ਼ੀ ਆ, ਕਹਿੰਦੀ ਤੂੰ ਆਪਣਾ ਜਿਹੜਾ ਆ ਵੀਜ਼ਾ ਪੂਰਾ ਕਰ ਜਿਹੜਾ ਤੈਨੂੰ ਤੇਰਾ ਇਹਨਾਂ ਨੇ ਗਾਂਹ ਲਗਵਾਏ ਹੋਏ ਸਾਲ ਦਾ। ਅਤੇ ਜੇ ਮੈਂ ਘਰਦਿਆਂ ਨਾਲ ਉਹ ਗੱਲ ਕਹਿੰਦੀ ਸੀਗੀ ਅਤੇ ਉਹ ਫਿਰ ਮੈਨੂੰ ਕਹਿੰਦੇ ਸੀ ਗਾਮੇ ਦੇ ਪੈਸੇ ਭਰ 2.5-3 ਲੱਖ ਰੁਪਈਆ, ਅਤੇ ਜਦਕਿ ਇੰਨੇ ਪੈਸੇ ਨਹੀਂ ਸੀਗੇ। ਹੁਣ ਵਾਪਸੀ ਹੋਈ ਹੈ, ਕਿਵੇਂ ਮਹਿਸੂਸ ਕਰਦੇ? ਹਾਂਜੀ, ਵਧੀਆ, ਆਪਣੇ ਘਰ ਵਿੱਚ ਖੁਸ਼ ਆ, ਵਧੀਆ ਠੀਕ ਠਾਕ ਆ ਹਾਲੇ ਵੀ, ਪਰ ਮੇਰੇ ਦਿਮਾਗ 'ਤੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਿਕਲ ਰਹੀਆਂ ਹੈਗੀਆਂ, ਡਿਪਰੈਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਆ, ਇਸ ਕਰਕੇ ਮੇਰੇ ਦਿਲ 'ਤੇ ਵੀ ਜਿਹੜਾ ਆ ਉਹ ਅਸਰ ਪਿਆ ਹੋਇਆ, ਦਰਦ ਕਰਦਾ ਰਹਿੰਦਾ 24 ਘੰਟੇ, ਅਤੇ ਸਿਰ 'ਚ ਵੀ ਦਰਦਾਂ ਹੁੰਦੀਆਂ ਰਹਿੰਦੀਆਂ ਆ। ਮੈਂ ਇਹੀ ਗੱਲ ਕਹਿੰਦੀ ਹਾਂ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦੀਆਂ, ਲਾਲਚ ਦਿੰਦੇ ਪਏ ਲੋਕ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ, ਵੀ ਇਸ ਕਰਕੇ ਤੁਸੀਂ ਨਾ ਜਾਓ ਬਾਹਰ, ਆਪਣੇ ਆਪ ਨੂੰ ਬਚਾਓ, ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲਓ ਰੋਟੀ ਅਤੇ ਆਪਣੇ ਇੰਡੀਆ ਵਿੱਚ ਹੀ ਰਹੋ ਅਤੇ ਇੱਥੇ ਕੰਮ ਰਹਿ ਕੇ ਕਰੋ, ਬਾਹਰ ਨਾ ਜਾਓ।